ਮੁੰਬਈ ਵਿੱਚ ਜੋਇਆ ਫੈਸਟੀਵਲ ਸ਼ਾਪਿੰਗ ਐਗਜ਼ੀਬਿਸ਼ਨ ਕਲੈਕਸ਼ਨ ਨੂੰ ਲਾਂਚ ਕੀਤਾ ਗਿਆ। ਇਸ ਮੌਕੇ ਤੇ ਬਾਲੀਵੁੱਡ ਤੋਂ ਰਵੀਨਾ ਟੰਡਨ, ਫਰਾਹ ਖਾਨ ਅਲੀ, ਜ਼ੋਇਆ ਮੁਰਾਨੀ, ਗੌਤਮੀ ਕਪੂਰ ਆਦਿ ਨਜ਼ਰ ਆਏ ਅਤੇ ਸਾਰੇ ਹੀ ਇਸ ਮੌਕੇ ਤੇ ਕਾਫੀ ਐਕਸਾਈਟਿਡ ਨਜ਼ਰ ਆਏ। ਸਾਰਿਆਂ ਨੇ ਸ਼ਾਪਿੰਗ ਐਗਜ਼ੀਬਿਸ਼ਨ ਨੂੰ ਬਹੁਤ ਹੀ ਧਿਆਨ ਦੇ ਨਾਲ ਦੇਖਿਆ। ਮੁੰਬਈ ਵਿੱਚ ਬਾਲੀਵੁੱਡ ਅਭਿਨੇਤਰੀ ਸੋਇਆ ਅਲੀ ਖਾਨ ਅਤੇ ਨੇਹਾ ਧੂਪੀਆ ਨੇ ਬਾਇਓ ਆਇਲ ਕਾਫੀ ਟੇਬਲ ਬੁੱਕ ਲਾਂਚ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਮੀਡੀਆ ਦੇ ਸਾਹਮਣੇ ਆ ਕੇ ਆਪਣੇ ਐਕਸਪੀਰੀਅੰਸ ਸਾਂਝੇ ਕੀਤੇ। ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਮੁੰਬਈ ਵਿੱਚ ਵਿਮੈਨ ਕੈਂਸਰ ਇਨੀਸ਼ੀਏਟਿਵ ਨੂੰ ਸਪੋਰਟ ਕਰਨ ਦੇ ਲਈ ਮੁੰਬਈ ਦੇ ਓਪਰਾ ਹਾਊਸ ਵਿੱਚ ਨਜ਼ਰ ਆਈ। ਕੁਛ ਕੁਛ ਹੋਤਾ ਹੈ ਫਿਲਮ ਦੇ 20 ਸਾਲ ਪੂਰਾ ਹੋਣ ਦੇ ਉੱਪਰ ਧਰਮਾ ਪ੍ਰੋਡਕਸ਼ਨ ਜਸ਼ਨ ਮਨਾਉਂਦੀ ਹੋਈ ਨਜ਼ਰ ਆਈ। ਇਸ ਮੌਕੇ ਤੇ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ ਅਤੇ ਮੁੰਬਈ ਦੇ ਹੋਟਲ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਸੀ। ਇਸ ਮੌਕੇ ਤੇ ਬਾਲੀਵੁੱਡ ਤੋਂ ਬਹੁਤ ਸਾਰੇ ਸੈਲੀਬ੍ਰਿਟੀਜ਼ ਦੇਖਣ ਨੂੰ ਮਿਲੇ।